ਸ਼ਨੀਏ ਦਿਉੜੀਆਂ ਟਹਾਤੀਆਂ ਇਤਿਹਾਸਿਕ ਉੱਥੇ ਇਹਨਾਂ ਨੇ ਮਾਫੀਨਾਮੇ ਦੇ ਉੱਤੇ 90 ਲੱਖ ਰੁਪਏ ਆ ਜਿਹੜਾ ਬਲਾਤਕਾਰੀ ਖੂਨੀ ਸਾਧ ਹੈ ਜਿਹਨੂੰ ਭਾਜਪੀ ਢੋਈ ਫਿਰਦੀ ਹੈ ਉਹਨੂੰ ਇਹਨਾਂ ਨੇ ਮਾਫੀਨਾਮੇ ਦਿਵਾਤੇ ਔਰ ਸਾਡੇ ਗੁਰੂ ਘਰਾਂ ਦੀਆਂ ਜਾਇਦਾਦਾਂ ਧਾਰਾ 87 ਦੇ ਗੁਰੂ ਘਰ ਬੇਅੰਤ ਥਾਂ ਦੇ ਉੱਤੇ ਲੱਖਾਂ ਅਰਬਾਂ ਕਰੋੜਾਂ ਦੀ ਜਾਇਦਾਦ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਕਬਜ਼ੇ ਕਰਕੇ ਦਿੱਤੇ ਹਨ ਇਹਨਾਂ ਦੇ ਬੱਚੇ ਮੁਫਤ ਪੜ੍ਹਦੇ ਹਨ ਗੁਰੂ ਰਾਮਦਾਸ ਮੈਮੋਰੀਅਲ ਹਸਪਤਾਲ ਦੇ ਵਿੱਚ ਔਰ ਗਰੀਬਾਂ ਦੀ ਇਹਨਾਂ ਨੇ ਕੋਈ ਦੇਖ ਰਹਿਕ ਨਹੀਂ ਕੀਤੀ ਬਰਜੀ ਕਾ ਖਾਲਸਾ ਬਰਜੀ ਕੀ ਫਤਿਹ ਬੜੇ ਅਫਸੋਸ ਨਾਲ ਕੱਲ ਦੇਖਣ ਨੂੰ ਆਇਆ ਕਿ ਭਾਰਤ ਸਰਕਾਰ ਨੇ ਧੱਕੇ ਨਾਲ ਬਿਨਾਂ ਸੰਗਤ ਦੇ ਸਾਹਮਣੇ ਕਿਸੇ ਨੂੰ ਐਸਜੀਪੀਸੀ ਮੈਂਬਰ ਨੂੰ ਪੇਸ਼ ਕੀਤੇ ਦੋ ਟੀਣਾ ਦੇ ਵਿੱਚ ਲੜਾਈ ਕਰਾ ਕੇ ਦਿਖਾਤਾ ਹੈਗਾ ਕਿ ਇਲੈਕਸ਼ਨ ਹੋਇਆ ਜੋ ਐਸਜੀਪੀਸੀ ਦੇ ਕੱਲ ਪ੍ਰਧਾਨ ਦੇ ਚੋਣ ਹੋਏ ਆ ਉਹ ਬਿਲਕੁਲ ਜਮੂਰੀਅਤ ਦਾ ਇੱਕ ਮਾਹੌਲ ਬਣਾਉਣ ਵਾਲੀ ਗੱਲ ਹੈਗੀ ਹੈ ਜਿੱਥੇ 5 ਸਾਲ ਬਾਅਦ ਸੰਗਤ ਤੋਂ ਫਤਵਾ ਲੈ ਕੇ ਗੁਰੂ ਘਰ ਦੀ ਦੇਖਰੇਖ ਹੁੰਦੀ ਹੈ ਉੱਥੇ ਇਹਨਾਂ ਨੇ 11 ਸਾਲ ਕੋਈ ਚੋਣ ਨਹੀਂ ਕਰਾਇਆ ਔਰ ਉਹੀ ਮਹੰਤ ਜਿਹੜੇ ਗੁਰੂ ਘਰ ਦੀ ਗੋਲਕ ਦੇ ਉੱਤੇ ਪਹਿਲਾਂ ਕਬਜ਼ਾ ਕਰਦੇ ਸੀ ਉਹਨਾਂ ਵਿੱਚ ਇੱਕ ਲੜਾਈ ਪਾ ਕੇ ਇਹਨਾਂ ਨੇ ਉਹਨੂੰ ਚੋਣ ਦਾ ਨਾਂ ਦਿੱਤਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਕਿੱਡਾ ਨੁਕਸਾਨ ਹੋਇਆ ਹੈਗਾ 328 ਰੂਪ ਇਹਨਾਂ ਨੇ ਆਪਣੇ ਵਿਜੀਨਕੁਆਇਰੀ ਕਰਕੇ ਉਹਦਾ ਕੋਈ ਵੀ ਇਨਸਾਫ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਕਿੱਥੇ ਬੈਠੇ ਕਿਸ ਹਾਲਾਚੇ ਆ ਕਿਸੇ ਨੂੰ ਨਹੀਂ ਪਤਾ ਦੋ ਗੁਰੂ ਸਾਹਿਬ ਦੇ ਸਰੂਪ ਬਰਗਾੜੀ ਦੇ ਵਿੱਚ ਪਾੜੇ ਸਾੜੇ ਤੇ ਗੰਦੀਆਂ ਨਾਲੀਆਂ ਚ ਸੁੱਟੇ ਗਏ ਸੀ ਉਹਨਾਂ ਦੇ ਅੰਗ ਉਹਦੇ ਨਾਲ ਕਿੰਨੀ ਮੌਤ ਪੰਜਾਬ ਚ ਹੋਈ ਪੁਲਿਸ ਨੇ ਕਿੰਨਾ ਜ਼ਬਰ ਕੀਤਾ ਔਰ ਉਹਦਾ ਕੋਈ ਇਨਸਾਫ ਨਹੀਂ ਮਿਲ ਰਿਹਾ ਹੁਣ 328 ਗਾਇਬ ਹੈ ਉਹਦਾ ਕੀ ਬਣੂਗਾ ਕਿਸੇ ਨੂੰ ਨਹੀਂ ਪਤਾ ਹੈਗਾ ਜਿੱਥੇ ਆਪਾਂ ਗੱਲ ਕਰਦੇ ਆ ਗੁਰੂ ਘਰ ਦੇ ਨੁਕਸਾਨ ਦੀ ਉਥੇ ਇਹਨਾਂ ਨੇ ਦਰਸ਼ਨੀਏ ਦਿਹਾੜੀਆਂ ਟਹਾਤੀਆਂ ਇਤਿਹਾਸਿਕ ਉਥੇ ਇਹਨਾਂ ਨੇ ਮਾਫੀਨਾਮੇ ਦੇ ਉੱਤੇ 90 ਲੱਖ ਰੁਪਏ ਆ ਜਿਹੜਾ ਬਲਾਤਕਾਰੀ ਖੂਨੀ ਸਾਧ ਹੈ ਜਿੰਨੂੰ ਭਾਜਪੀ ਢੋਈ ਫਿਰਦੀ ਹੈ ਉਹਨੂੰ ਆ ਇਹਨਾਂ ਨੇ ਮਾਫੀਨਾਮੇ ਦਿਵਾਤੇ ਔਰ ਸਾਡੇ ਗੁਰੂ ਘਰਾਂ ਦੀਆਂ ਜਾਇਦਾਦਾਂ ਧਾਰਾ 87 ਦੇ ਗੁਰੂ ਘਰ ਬੇਅੰਤ ਥਾਂ ਦੇ ਉੱਤੇ ਲੱਖਾਂ ਅਰਬਾਂ ਕਰੋੜਾਂ ਦੀ ਜਾਇਦਾਤ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਕਬਜ਼ੇ ਕਰਕੇ ਦਿੱਤੇ ਹਨ ਇਹਨਾਂ ਦੇ ਬੱਚੇ ਮੁਫਤ ਪੜ੍ਹਦੇ ਹਨ ਗੁਰੂ ਰਾਮਦਾਸ ਮੈਮੋਰੀਅਲ ਹਸਪਤਾਲ ਦੇ ਵਿੱਚ ਔਰ ਗਰੀਬਾਂ ਦੀ ਇਹਨਾਂ ਨੇ ਕੋਈ ਦੇਖ-ਰੇਖ ਨਹੀਂ ਕੀਤੀ ਸਾਡਾ ਗੁਰੂ ਘਰ ਕਿੱਡਾ ਬਰਦਾਤ ਸੁਨਹਿਰਾ ਬਣ ਸਕਦਾ ਹੈਗਾ ਅਸੀਂ ਸਿਹਤ ਸੇਵਾਵਾਂਾਂ ਮੈ ਟੈਲੀਮੈਡੀਸਿਨ ਰਾਹੀਂ ਪਹੁੰਚਾ ਸਕਦੇ ਹਾਂ ਟੈਲੀ ਐਜੂਕੇਸ਼ਨ ਰਾਹੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਗੁਰਮਤਿ ਪ੍ਰਚਾਰ ਕਰ ਸਕਦੇ ਹਾਂ ਉੱਥੇ ਆਪਣਾ ਟੀਵੀ ਚੈਨਲ ਚਲਾ ਸਕਦੇ ਹਾਂ ਜਿਵੇਂ ਸਿੰਘ ਸਵਾ ਨੇ ਖਾਲਸਾ ਅਖਬਾਰ ਖੋਲ੍ਹਿਆ ਸੀਗਾ ਅੱਥੇ ਅੱਜ ਪੀਡੀਐਸਵੀ ਦਾ ਕਬਜ਼ਾ ਹੈ ਗੁਰਬਾਣੀ ਦੇ ਉੱਤੇ ਔਰ ਗੁਰੂ ਕੇ ਕੀਰਤਨ ਦੇ ਦਰਬਾਰ ਦੇ ਵਿੱਚ ਇਹ ਪੀਟੀਸੀ ਚੈਨਲ ਉਹਦਾ ਪ੍ਰਦਰਸ਼ਨ ਕਰਕੇ ਇੰਨਾ ਜ਼ਿਆਦਾ ਉਹਦੇ ਉੱਤੇ ਪੈਸਾ ਲੁੱਟ ਰਿਹਾ ਇੰਨੀ ਐਡਵਰਟਾਈਜ਼ਮੈਂਟ ਦੀ ਇਹਨਾਂ ਦੀ ਬਾਦਲ ਪਰਿਵਾਰ ਨੂੰ ਪੈਸਾ ਆ ਰਿਹਾ ਉਹ ਵੀ ਗੁਰੂ ਘਰ ਦਾ ਤਨ ਲੁੱਟਿਆ ਜਾ ਰਿਹਾ ਹੈਗਾ ਹਰੇਕ ਪੱਖੋਂ ਸਾਨੂੰ ਘਾਟਾ ਪਿਆ ਔਰ ਭਾਰਤ ਸਰਕਾਰ ਮੋਦੀ ਹੋਮ ਮਿਨਿਸਟਰੀ ਨੇ ਇਹਦੇ ਉੱਤੇ ਇਹੋ ਜਿਹਾ ਚੋਣਾ ਦੇ ਉੱਤੇ ਰੋਕ ਲਾਈ ਹੈ ਕਿ ਅੱਜ ਦੇ ਦਿਨ ਕਿਤੇ ਵੀ ਸਾਨੂੰ ਇਹ ਆਸ ਨਹੀਂ ਰਹਿੰਦੀ ਹੈਗੀ ਕਿ ਅਸੀਂ ਕੀ ਕਰੀਏ ਅਸੀਂ ਜਿਵੇਂ 15 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਨੂੰ ਖੱਤ ਭੇਜਿਆ ਸੀ ਹੁਣ ਜਿਹੜੀ ਉਹਨਾਂ ਦੀ ਹਿਊਮਨ ਰਾਈਟਸ ਦੀ ਸਿਟਿੰਗ ਹੋ ਰਹੀ ਹੈ ਜਿਹਦੇ ਵਿੱਚ ਇਹਨਾਂ ਨੇ ਅੱਜ ਵੀ ਆਪਣੇ ਪੰਜ ਉੱਚ ਜਾਤ ਦੇ ਬੰਦੇ ਭੇਜ ਕੇ ਉੱਥੇ ਦਿਖਾਣਾ ਹੈਗਾ ਕਿ ਹਿਊਮਨ ਰਾਈਟਸ ਬਹੁਤ ਚੰਗੇ ਆ ਪਰ ਸਾਨੂੰ ਛੂਦਰ ਬਣਾ ਕੇ ਸਾਡੇ ਹੱਕਾਂ ਤੋਂ ਵਾਂਝਾ ਕੀਤਾ ਹੋਇਆ ਹੈਗਾ ਅਸੀਂ ਉਹਨਾਂ ਨੂੰ ਵੀ ਖੱਤ ਲਿਖਾਂਗੇ ਫੇਰ ਜਾ ਕੇ 27 ਤਰੀਕ ਨੂੰ ਯੂਨਾਈਟਿਡ ਨੇਸ਼ਨ ਦੀ ਡੈਮੋਕਰੇਸੀ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਵੀ ਅਸੀਂ ਖੱਤ ਲਿਖ ਕੇ ਭੇਜਾਂਗੇ ਕਿਵੇਂ ਭਾਰਤ ਸਾਡੀ ਜਮਹੂਰੀਅਤ ਨੂੰ ਬਿਲਕੁਲ ਖਤਮ ਕਰ ਰਿਹਾ ਹੈ ਆਜ਼ਾਦੀ ਤੋਂ ਬਾਅਦ 8 ਚੋਣਾਂ ਗੁਰੂ ਘਰ ਦੀਆਂ ਹੋਈਆਂ 17 ਲੋਕ ਸਭਾ ਦੀਆਂ ਹੋ ਚੁੱਕੀਆਂ ਹੈਗੀਆਂ ਸਾਡੀ ਜਮਹੂਰੀਅਤ ਇਹ ਭੰਗ ਕਰਕੇ ਆਪਣੇ ਦੇਸ਼ ਨੂੰ ਵਢਾ ਰਹੇ ਆ ਆਪਣਾ ਜਿਹੜਾ ਹਿੰਦੂ ਹਿੰਦੀ ਹਿੰਦੁਸਤਾਨ ਹੈ ਉਹ ਸਾਡੇ ਉੱਤੇ ਹਾਵੀ ਕਰ ਰਹੇ ਹੈਗੇ ਆ ਇਹ ਬੜੀ ਇੱਕ ਖਤਰਨਾਕ ਗੱਲ ਹੈਗੀ ਆ ਜਿਹੜੀ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਅਸੀਂ ਅਗਲੇ ਦਿਨਾਂ ਦੇ ਵਿੱਚ ਧਾਰਾ 87 ਦੇ ਗੁਰੂਕਰ ਜਿਹੜੇ ਲੋਕਲ ਬੋਡੀ ਨਾਲ ਚੁਣੇ ਜਾਂਦੇ ਆ ਉਹਨਾਂ ਦੇ ਹੁਣ 17 ਸਾਲ ਚੋਣ ਨਹੀਂ ਹੋਏ 2005 ਚ ਹੋਏ ਸੀਗੇ ਉਹਨਾਂ ਦੇ ਸਾਹਮਣੇ ਸੜਕਾਂ ਦੇ ਉੱਤੇ ਧਰਨੇ ਲਾਉਣ ਦੀ ਸਕੀਮ ਲਾ ਰਹੇ ਆ ਉਸ ਤੋਂ ਇਲਾਵਾ ਅਸੀਂ ਜਿੱਥੇ ਵੀ ਜੋੜ ਮੇਲ ਹੋਣਗੇ ਜਿਵੇਂ ਹੁਣ ਮੋਰਿੰਡੇ ਤੋਂ ਸ਼ੁਰੂ ਹੋ ਕੇ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਮੁਕਸਰ ਸਾਹਿਬ ਸਮਰਾਲਾ ਸਾਰੇ ਕਿਤੇ ਅਸੀਂ ਇੱਕ ਫਲੈਗ ਮਾਰਚ ਜਮੂਰੀਅਤ ਬਹਾਲ ਫਲੈਗ ਮਾਰਚ ਕੱਢਾਂਗੇ ਜਿਹਦੇ ਵਿੱਚ ਸਾਡੀ ਮੰਗ ਹੋਊਗੀ ਕਿ ਇਲੈਕਸ਼ਨ ਕਮਿਸ਼ਨ ਸਿੱਖਾਂ ਦੀ ਆਪਣੀ ਐਸਜੀਪੀਸੀ ਵਿੱਚ ਬਣੀ ਹੋਣੀ ਚਾਹੀਦੀ ਹੈ ਹੋਮ ਮਿਨਿਸਟਰੀ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਦਖਲ ਨਹੀਂ ਹੋਣਾ ਚਾਹੀਦਾ ਇਹ ਸਿੱਖਾਂ ਦੀ ਸੰਸਥਾ ਹੈ ਸਿੱਖਾਂ ਨੂੰ ਆਪ ਚਲਾਣੀ ਚਾਹੀਦੀ ਹੈ ਔਰ ਫਿਰ 26 ਜਨਵਰੀ ਨੂੰ ਆਪਾਂ ਨੇ ਸਾਰੇ ਕਿਤੇ ਜਮੂਰੀਅਤ ਬਹਾਲ ਮਾਰਚ ਆਪਾਂ ਨੇ ਸਾਰੇ ਪੰਜਾਬ ਦੇ ਵਿੱਚ ਕੱਢਣੇ ਆ ਔਰ ਇਸ ਦੇਸ਼ ਨੂੰ ਦੱਸਣਾ ਕਿ ਤੁਸੀਂ ਆਪਣੀ ਰਿਪਬਲਿਕ ਨੂੰ ਬਹਾਲ ਰੱਖਦੇ ਹੋ ਤੁਸੀਂ ਉਹਦੇ ਚੋਣ ਕਰਾਉਂਦੇ ਹੋ ਉਹਨੂੰ ਖੁਸ਼ਹਾਲ ਰੱਖਦੇ ਹੋ ਸਾਡੇ ਗੁਰੂ ਘਰਾਂ ਦੇ ਸਾਡੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਾਉਂਦੇ ਹੋ ਸਾਡੇ ਉੱਤੇ ਹਮਲੇ ਕਰਦੇ ਹੋ ਸਾਡ ਨੂੰ ਟਹਿ ਟੇਰੀ ਕਰਦੇ ਹੋ ਸਾਡਾ ਜੈਨੋਸਾਈਡ ਕਰਦੇ ਹੋ ਔਰ ਸਾਡੀ ਜਿਹੜੀ ਜਮੂਰੀਅਤ ਹੈ ਉਹਨੂੰ ਬਿਲਕੁਲ ਰੱਦ ਕੀਤਾ ਹੋਇਆ ਵਹਿਰਜੀ ਕਾ ਖਾਲਸਾ ਵਹਿਰਜੀ ਕੀ